BSTV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਹ ਜੋ ਤੁਸੀਂ ਵਿੰਟੇਜ ਕਾਰ ਦਾ ਨਮੂਨਾ ਦੇਖ ਰਹੇ ਹੋ, ਇਹ ਕਾਰ ਸਾਡਾ ਪਿੰਡ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਹੈ। ਹੋਰ ਵੀ ਬਹੁਤ ਸੋਹਣੀਆਂ ਅਤੇ ਪੁਰਾਣੀਆਂ ਚੀਜ਼ਾਂ ਸਾਂਭ ਸੰਭਾਲ ਕੇ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਸਾਡਾ ਪਿੰਡ ਅੰਮ੍ਰਿਤਸਰ ਵਿੱਚ ਸਥਿਤ ਪੰਜਾਬੀ ਸੱਭਿਆਚਾਰ ਨੂੰ ਸਮੋਈ ਬੈਠਾ, ਤਾਂ ਆਓ ਮਾਰਦੇ ਹਾਂ ਇੱਕ ਝਲਕ ਸਾਡੇ ਪਿੰਡ ਦੀਆਂ ਗਲੀਆਂ ਵੱਲ। ਬਹੁਤ ਹੀ ਸੁੰਦਰ ਕਲਾਵਾਂ ਦੇ ਨਾਲ ਸਜਾਇਆ ਗਿਆ ਸਾਡਾ ਪਿੰਡ। ਦਿਲਕਸ਼ ਤਸਵੀਰਾਂ ਅਤੇ ਦਿਲਕਸ਼ ਵਸਤੂਆਂ, ਪੁਰਾਤਨ ਬਰਤਨਾਂ ਤੋਂ ਲੈ ਕੇ ਹਰ ਇੱਕ ਉਹ ਚੀਜ਼ ਤੁਹਾਨੂੰ ਇੱਥੇ ਦਿਖਾਈ ਦੇਵੇਗੀ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹਾਂ। ਕਲਾ ਦੀ ਕੋਈ ਵੀ ਵਸਤੂ ਹੈ ਉਹਨੂੰ ਸਾਂਭ ਸੰਭਾਲ ਕੇ ਇਸ ਥਾਂ 'ਤੇ ਉਸਦੀ ਪੂਰੀ ਦੇਖ ਰੇਖ ਕਰਕੇ ਉਹਨੂੰ ਸਹੀ ਟਿਕਾਣੇ 'ਤੇ ਰੱਖਿਆ ਗਿਆ, ਤਾਂ ਇਹ ਹੈ ਉਹ ਐਂਟਰੀ ਗੇਟ ਜਿੱਥੋਂ ਅਸੀਂ ਸਾਡਾ ਪਿੰਡ ਦੇ ਵਿੱਚ ਐਂਟਰ ਹੁੰਦੇ ਹਾਂ। ਐਂਟਰ ਹੁੰਦਿਆਂ ਸਾਰ ਤੁਹਾਨੂੰ ਬਹੁਤ ਸੋਹਣਾ ਦ੍ਰਿਸ਼ ਨਜ਼ਰ ਆਉਂਦਾ ਹੀਰ ਰਾਂਝੇ ਦਾ। ਬੁੱਤ ਦੇ ਰੂਪ ਦੇ ਵਿੱਚ ਬਣਾਇਆ ਗਿਆ ਇਹ ਦ੍ਰਿਸ਼ ਅਸਲ ਤਸਵੀਰਾਂ ਦਾ ਭੁਲੇਖਾ ਪਾਉਂਦਾ। ਇਉਂ ਜਾਪਦਾ ਜਿਉਂ ਹੀਰ ਰਾਂਝਾ ਆਪ ਹੀ ਸੁੱਤਾ ਹੋਵੇ। ਤਾਂ ਨਾਲ ਦੀ ਨਾਲ ਤਸਵੀਰਾਂ ਦਿਖਾਈਆਂ ਜਾਂਦੀਆਂ, ਤਾਂ ਦੋ ਤਾਰੇ ਵਾਲਾ ਬਾਬਾ, ਦੋ ਤਾਰੇ ਵਾਲਿਆ ਬਾਬਾ ਦੋ ਗੱਲਾਂ ਸੁਣਾ ਦੇ ਹੀਰ ਦੀਆਂ। ਸੋ ਪਿਛੋਕੜ ਅਤੇ ਸੱਭਿਆਚਾਰ ਦਾ ਬਹੁਤ ਹੀ ਵਧੀਆ ਸੁਮੇਲ ਕੀਤਾ ਗਿਆ ਸਾਡੇ ਪਿੰਡ ਅੰਦਰ। ਤੁਸੀਂ ਇੱਥੇ ਜੋ ਵੀ ਦੇਖਣ ਆਉਂਦੇ ਹੋ, ਤੁਹਾਨੂੰ ਪੂਰਾ ਤੁਹਾਡਾ ਆਉਣ ਦਾ ਮੁੱਲ ਮੁੜ ਜਾਂਦਾ। ਤੋ ਪੰਗੂੜੇ 'ਤੇ ਬੈਠੀ ਮੁਟਿਆਰ ਨਜ਼ਰ ਆ ਰਹੀ ਹੈ। ਸ਼ੀਸ਼ਿਆਂ ਨਾਲ ਜੜੀ ਹੋਈ ਅਲਮਾਰੀ, ਤਾਂ ਹੋਰ ਬਹੁਤ ਤੁਹਾਨੂੰ ਪੁਰਾਣੀਆਂ ਚੀਜ਼ਾਂ ਸਾਡੇ ਪਿੰਡ ਅੰਦਰ ਦੇਖਣ ਨੂੰ ਮਿਲ ਜਾਣਗੀਆਂ। ਉਹ ਬਰਤਨ ਜੋ ਅਲੋਪ ਹੁੰਦੇ ਜਾ ਰਹੇ ਆ, ਪੁਰਾਣੇ ਸਮਿਆਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਜੋ ਅਲੋਪ ਹੁੰਦੀਆਂ ਜਾ ਰਹੀਆਂ, ਉਹਨਾਂ ਚੀਜ਼ਾਂ ਨੂੰ ਸਾਂਭ ਸੰਭਾਲ ਕੇ ਰੱਖਣ ਦੀ ਇੱਕ ਜ਼ਿੰਮੇਵਾਰੀ ਚੁੱਕੀ ਬੈਠਾ ਸਾਡਾ ਪਿੰਡ ਬਰਤਾਂ ਪਾਉਂਦਾ ਸੱਭਿਆਚਾਰ ਦੀਆਂ। ਦਿਲ ਖਿੱਚਵੀਆਂ ਤਸਵੀਰਾਂ, ਜੇ ਮੁੰਡੇ ਆਵੇ ਸਾਡੀ ਤੋਰ ਤੂੰ ਦੇਖਣੀ, ਗੜਵਾ ਲੈ ਦੇ ਚਾਂਦੀ ਦਾ ਤਿਲਕ, ਕਿੱਲੇ ਮਜਾਜਣ ਜਾਂਦੀ ਦਾ, ਬਹੁਤ ਹੀ ਸੁੰਦਰ ਤਸਵੀਰ। ਮੁਸਕਰਾਉਂਦੀ ਹੋਈ ਮੁਟਿਆਰ ਤੁਹਾਡਾ ਸਵਾਗਤ ਕਰਦੀ ਹੈ ਜਦੋਂ ਤੁਸੀਂ ਸਾਡੇ ਪਿੰਡ ਅੰਦਰ ਐਂਟਰ ਹੁੰਦੇ ਹਾਂ।
ਵਾਲੀਆਂ ਟਿਕਟਾਂ, ਆਹ ਅੰਗਰੇਜ਼ ਟਾਈਮ ਵਾਲੀਆਂ ਟਿਕਟਾਂ ਨੇ, ਅੰਮ੍ਰਿਤਸਰ ਤੋਂ ਬੰਬੇ, ਆਹ ਅੰਮ੍ਰਿਤਸਰ ਤੋਂ ਦਿੱਲੀ, ਆਹ ਉਰਦੂ ਦੀਆਂ ਚਿੱਠੀਆਂ ਜੀ, ਆਹ ਲੰਡੇ ਭਾਸ਼ਾ ਲੰਡੇ, ਅਤੇ ਪੁਰਾਣੇ ਜ਼ਮਾਨੇ ਮਨੀਮ ਨਹੀਂ ਉਹੀ ਲਿਖਦੇ ਤੇ ਸੀ, ਉਹਨਾਂ ਦੇ ਬਣੇ ਹੋਏ ਵਹੀ ਖਾਤੇ ਆ, ਉਹ ਸੰਦੂਖ ਹੈ ਪੁਰਾਣਾ ਉਹਦਾ, ਪੁਰਾਣਾ ਅੱਛਾ ਪ੍ਰਿੰਟਰ ਪੁਰਾਣਾ, ਆਹ ਕੀ ਚੀਜ਼ ਆ ਜੀ? ਇਹ ਅਜੇ ਅਲਮਾਰੀ 100 ਸਾਲ ਪੁਰਾਣੀ ਦੱਸਦੇ ਆ ਭਾਈ ਸਾਹਿਬ ਸਾਡਾ ਪਿੰਡ ਦੇ ਵਿੱਚ। ਅੱਛਾ ਕੈਲੰਡਰ ਜਿਹੜਾ ਉੱਪਰ ਲੱਗਾ ਪੋਸਟ ਕਾਰਡ, ਸਤਿ ਸ਼੍ਰੀ ਅਕਾਲ ਜੀ। ਇਹ ਸਰ ਕਾਰਪੇਟ ਬਣਾ ਰਹੇ ਜੀ, ਇਹ ਜਿਹੜੇ ਚਿੱਟੇ ਧਾਗੇ ਤੁਸੀਂ ਦੇਖ ਰਹੇ ਜੀ, ਤਾਣਾ ਜਿਹੜਾ ਥੱਲੇ ਡਿਜ਼ਾਇਨ ਜਾਂ ਰੰਗ ਬਿਰੰਗੇ ਧਾਗੇ ਦੇਖ ਰਹੇ ਜੀ, ਇਹ ਪਾਣਾ ਤਾਣਾ ਪਾਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਰ, ਇਹ ਤਾਣਾ ਕੋਟਨ ਦਾ ਅਤੇ ਜਿਹੜਾ ਥੱਲੇ ਰੰਗ ਦੇਖ ਰਹੇ ਇਹ ਉੱਨ ਆ। ਇਹ ਕਾਰਪੇਟ ਦਾ ਫਰੰਟ ਸਾਈਡ ਮੇਰੇ ਵੱਲ, ਤੁਸੀਂ ਫਰੰਟ ਸਾਈਡ ਤੋਂ ਦਿਖਾਓ, ਇੱਧਰੋਂ ਦਿਖਾਓ, ਇੱਧਰ ਉੱਤੋਂ ਨਹੀਂ ਦਿਖਾ ਸਕਦੇ ਜੀ, ਇੱਧਰੋਂ ਦਿਖਾ ਦੇ ਮੈਂ ਸ਼ੁਰੂ ਕਰ ਰਿਹਾ। ਆਓ ਸਰ, ਆਓ ਸਰ, ਅੱਗੇ ਆਓ, ਇਹ ਸਾਈਡ ਦਿਖਾਓ, ਇਹ ਸਾਈਡ ਦਿਖਾਓ, ਇਹ ਵਾਲੀ, ਇਹ ਕੱਪੜਾ ਬਣਿਆ ਜੀ ਕਾਰਪੇਟ, ਠੀਕ ਹੈ ਸਰ? ਸਰ ਮੈਂ ਥੋੜ੍ਹਾ ਕੰਮ ਕਰਕੇ ਦਿਖਾਉਣਾ, ਤੁਸੀਂ ਇੱਕ ਮਿੰਟ ਇੱਥੇ ਬੈਠ ਕੇ ਦੇਖੋ ਥੋੜ੍ਹਾ ਜਿਹਾ, ਦੇਖੋ ਇਹਨੂੰ ਚੁੰਡੀ ਨੂੰ ਲਾ ਲਈ ਕਿਤੇ, ਉਹਦੇ ਕਾਲਮ ਨਾਲ ਲਾ ਲਓ, ਆਪਣੇ ਕਾਲਮ ਨਾਲ ਲਾ ਲਓ, ਲੱਗ ਜਾਂਦੇ ਲੱਗ ਜਾਂਦੇ ਦੇਖੋ ਸਰ, ਇਹ ਜੀ ਮੇਰਾ ਕਾਰਪੇਟ ਬਣਦਾ ਪਿਆ, ਇਹ ਤਾਣਾ ਜੀ, ਇਹ ਤਾਣਾ ਹੁੰਦਾ ਜੀ ਡਬਲ, ਜਿਸ ਤਰ੍ਹਾਂ ਦੀਆਂ ਤਾਰਾਂ ਅੱਗੇ ਦੀਆਂ ਪਿੱਛੇ ਆ ਜੀ ਸਰ, ਤਾਣੇ ਦੇ ਵਿੱਚੋਂ ਮੈਂ ਇੱਕ ਇੱਕ ਤਾਰ ਲੈ ਰਿਹਾ, ਇਹਨੂੰ ਇਸ ਤਰ੍ਹਾਂ ਉੱਨ ਦੀਆਂ ਗੰਢਾਂ ਲਾ ਰਿਹਾ ਜੀ, ਅਤੇ ਗੰਢ ਲਾ ਕੇ ਐਡੀ ਲੰਬੀ ਗੰਢ ਕੱਟੀ ਦੀ ਹੈ। ਦੇਖੋ ਸਰ ਮੇਰੇ ਕੰਮ ਕਰਨ ਦਾ ਤਰੀਕਾ ਕੀ ਆ ਜੀ, ਮੈਂ ਇੱਕ ਇੱਕ ਧਾਗਾ ਫੜਦਾ ਪਿਆ, ਗੰਢ ਲਾ ਰਿਹਾ, ਧਾਗੇ ਕੱਢ ਰਿਹਾ ਸਰ, ਇਸ ਤਰ੍ਹਾਂ ਗੰਢਾਂ ਲਾ ਲਾ ਕੇ ਗਲੀਚਾ ਬੁਣਿਆ ਜਾਂਦਾ ਜੀ, ਇਹ ਇਹ ਜੀ ਮੇਰੇ ਕੰਮ ਕਰਨ ਦਾ ਤਰੀਕਾ, ਇਹਦੇ ਵਿੱਚ ਸਾਰਾ ਹੀ ਕੰਮ ਹੱਥ ਨਾਲ ਕੀਤਾ ਜਾਣਾ ਜੀ, ਇਸੇ ਤਰ੍ਹਾਂ ਹੀ ਇੱਕ ਇੱਕ ਧਾਗਾ ਫੜਿਆ ਜਾ ਰਿਹਾ, ਵਿੱਚ ਉੱਨ ਰੱਖ ਕੇ ਗੰਢ ਲਾ ਕੇ ਧਾਗਾ ਕੱਟ ਰਿਹਾ, ਬਰਾਬਰ ਕੱਟਿਆ ਹੋਇਆ, ਇਹ ਕੈਂਚੀ ਨੇ ਸਰ, ਇਹ ਵੀ ਹੁਣੇ ਕੱਟ ਕੇ ਦਿਖਾਉਂਦੇ ਹਾਂ ਜੀ, ਇਹ ਥੋੜ੍ਹੇ ਧਾਗੇ ਲਾ ਲਈਏ, ਇਹ ਦੇਖੋ ਜੀ, ਇਹ ਜਿਹੜੇ ਫਾਲਤੂ ਧਾਗੇ ਗਾਹ ਨੂੰ ਨਿਕਲ ਆਉਂਦੇ ਨੇ ਇਸ ਤਰ੍ਹਾਂ ਦੇ, ਇਹਨਾਂ ਧਾਗਿਆਂ ਵਾਸਤੇ ਕੈਂਚੀ ਹੁੰਦੀ ਮੇਰੇ ਕੋਲ ਇਹ ਵਾਲੀ, ਅਤੇ ਇਸ ਤਰ੍ਹਾਂ ਕਰਕੇ ਸਰ ਇਸ ਤਰ੍ਹਾਂ ਇਹਨੂੰ ਇੱਕ ਲੈਵਲ ਦੀ ਕਟਿੰਗ ਕਰ ਦਈਦੀ ਹੈ, ਅਤੇ ਇਹ ਕਾਰਪੇਟ ਦੀ ਇਹ ਮਿਟਾਈ ਆਉਂਦੀ ਹੈ, ਅੱਧੀ ਇੰਚੀ ਤੋਂ ਵੱਧ ਮਿਟਾਈ ਹੈ ਸਰ ਇਹ ਵਾਲੀ, ਇਹਨੂੰ ਕਹਿੰਦੇ ਜੀ ਹੈਂਡਮੇਡ ਕਾਰਪੇਟ। ਮੇਰਾ ਨਾਮ ਕਾਲਾ ਸਿੰਘ ਹੈ ਜੀ, ਸਾਡਾ ਪਿੰਡ ਦੇ ਵਿੱਚ ਪ੍ਰਦਰਸ਼ਨੀ ਦੇ ਵਿੱਚ ਮਿਲੇ ਆ ਸਾਨੂੰ ਭਾਈ ਸਾਹਿਬ ਦੇ, ਤਾਣਾ ਬਾਣਾ ਬੋਲ ਰਹੇ ਸੀਗੇ, ਬਹੁਤ ਬਹੁਤ ਧੰਨਵਾਦ। ਕਾਰਪੇਟ ਕਾਰਪੇਟ ਬਣਾਇਆ ਜਾ ਰਿਹਾ,
Thank you.